जी साडे मुख्यमंत्री नूं बेनती करदा भी जिहड़ा भी कोई सहूलत हैगी ਉਹ ਜਿੰਨੀ ਵੀ ਕਿਸਾਨਾਂ ਨੂੰ ਦੇਈ ਜਾਂਦੇ ਆ ਕਹਿੰਦੇ ਝਾੜ ਕੱਟ ਨਿਕਲਿਆ ਹੋਰ ਤਾਂ ਕਿਸੇ ਸਟੇਟ 'ਚ ਮਰਿਆ ਨਹੀਂ ਕੋਈ ਕਿਸਾਨ ਨਾ ਹਰਿਆਣੇ 'ਚ ਨਾ ਹਿਮਾਚਲ 'ਚ ਨਾ ਮੱਧ ਪ੍ਰਦੇਸ਼ 'ਚ ਕਿਤੇ ਇਹ ਇਕੱਲਾ ਪੰਜਾਬ ਦਾ ਹੀ ਕਿਸਾਨ ਡੁੱਬਦਾ ਹੈਗਾ ਹੋਰ ਕੌਮਾਂ ਕਿੰਨੀਆਂ ਨੇ ਅਸੀਂ 10-10 ਹਜ਼ਾਰ ਤੇ ਆ ਸਾਡੇ ਹੱਥ ਦੇਖੋ ਕੀ ਅਸੀਂ ਗੁਜ਼ਾਰਾ ਕਰਦੇ ਹਾਂਗੇ ਦਿਹਾੜੀਆਂ ਕਰ ਕਰ ਅਸੀਂ ਕਿਵੇਂ ਕੰਮ ਆਪਦਾ ਟਾਈਮ ਕੱਢਦੇ ਹਾਂ ਤੁਸੀਂ ਕਿਹਨੋ 60-60 ਹਜ਼ਾਰ ਤੇ ਸਾਨੂੰ ਕੋਈ ਮਿਲਦਾ ਨਹੀਂਗਾ ਸਾਨੂੰ ਬਚਦਾ ਨਹੀਂ ਕਿਸਾਨ ਮਰ ਗਿਆ ਕਿਸਾਨ ਮਰ ਗਿਆ ਕਿਉਂ ਮਰ ਗਿਆ ਮੇਰੇ ਕੋਲ 1.5 ਕਿੱਲਾ ਮਾਹਣ ਦਾ ਮੈਂ ਗੁਜ਼ਾਰਾ ਕਿਵੇਂ ਕਰਦਾ ਤੁਸੀਂ 70-70 ਕਿੱਲਿਆਂ ਵਾਲੇ ਨੇ ਹੁਣ ਛੇਤੀ ਕਹਿੰਦੇ ਸੀ ਮੋਦੀ ਦਾ ਉਹ ਜੀ ਸਾਡਾ ਅਡਵਾਨੀਆਂ ਅਨਮਾਨੀਆਂ ਹੁਣ ਕਣਕ ਕਿਉਂ ਲਾਉਂਦੇ ਉਹਦੇ ਕਿਸਾਨਾਂ ਨੂੰ ਪੁੱਛੋਗਾ ਹੁਣ ਕਿਉਂ ਕਣਕ ਲਾਉਂਦੇ ਨੇ ਉਹਦੇ 11 ਮਹੀਨੇ ਤੁਸੀਂ ਸਾਡੀਆਂ ਦਿਹਾੜੀਆਂ ਮਾਰਦੇ ਰਹੇ ਹੋ ਚੱਕੇ ਝੰਡੀ ਉੱਥੇ ਹੀ ਕੱਢ ਲਿੱਤੀ ਗਏ ਦਿਨ ਚੱਕੇ ਝੰਡੀ ਇੱਧਰ ਤੁਰ ਪਏ ਚੰਗਾ ਤੁਹਾਨੂੰ ਰੁਪਈਏ ਬਣਦੇ ਨੇ ਚੰਗਾ ਖਾਣ ਨੂੰ ਮਿਲਦਾ ਗਾ ਤੁਹਾਨੂੰ ਕੀ ਲੋੜ ਆ ਸਾਡੇ ਤੇ ਮਨ ਦੇ ਗੱਲ ਕਰਨ ਦੀ ਹੋਰ ਕੌਮਾਂ ਕਿੰਨੀਆਂ ਪੰਜਾਬ 'ਚ ਹੋਰ ਤਾਂ ਕੋਈ ਮਰਿਆ ਨਹੀਂ ਕੋਈ ਧਰਨਾ ਨਹੀਂ ਲਾਉਂਦਾ ਇਕੱਲਾ ਕਿਸਾਨ ਹੀ ਮਰਦਾ ਗਾ ਮਰਨ ਦੇ ਕੰਮ ਕਰ ਲਊ ਆਪਦਾ ਕੰਮ ਅਸੀਂ ਕਰਨਾ ਨਹੀਂ ਤੁਹਾਨੂੰ ਸਰਕਾਰਾਂ ਸਹੂਲਤਾਂ ਦੇਣਗੀਆਂ ਸਰਕਾਰ ਕਿੰਨਾ ਕੁ ਚਿਰ ਦੇਈ ਜਾਊ ਕਿਸਾਨ ਕਹਿੰਦੇ ਸਾਨੂੰ ਕੁਛ ਬਚਦਾ ਨਹੀਂਗਾ ਸਾਨੂੰ ਗਰੀਬ ਬੰਦਿਆਂ ਨੂੰ 4-4 ਕਿੱਲੇ ਵਾਹਣ ਦੇ ਦੇਣ ਅਸੀਂ ਸਾਨੂੰ ਅਸੀਂ ਬਿੱਲ ਵੀ ਆਪਦਾ ਆਪ ਭਰਾਂਗੇ ਮੋਟਰਾਂ ਦਾ ਬਿੱਲ ਵੀ ਅਸੀਂ ਆਪ ਭਰਾਂਗੇ ਘਰਾਂ ਦਾ ਵੀ ਆਪ ਭਰਾਂਗੇ ਜਵਾਕਾਂ ਨੂੰ ਪੜ੍ਹਾਵਾਂਗੇ ਵੀ ਆਪ ਸਾਰਾ ਕੁਛ ਅਸੀਂ ਆਪ ਕਰਾਂਗੇ ਸਾਡੀਆਂ ਸਹੂਲਤਾਂ ਇਹਨਾਂ ਨੂੰ ਦਿੱਤੀਆਂ ਜਾਣ ਕਿਸਾਨ ਕਹਿੰਦੇ ਸਾਨੂੰ ਕੁਛ ਬਚਦਾ ਨਹੀਂ ਨਹੀਂ ਬਚਦਾ ਸਾਰਾ ਜਿਹੜਾ ਵਾਹਣ ਹੈਗਾ ਵੈ ਕਰ ਦਿਓ ਫੈਕਟਰੀਆਂ ਲੱਗ ਜਾਣ ਦਿਓ ਕੰਮ ਮਿਲੇ ਸਾਨੂੰ ਰੁਜ਼ਗਾਰ ਮਿਲੇ ਖੇਤੀ ਛੱਡ ਦਿਓਗਾ ਇਹਦੇ ਕੋਲੇ ਕਿੱਲਾ ਵਾਹਣ ਦਾ ਹੈਗਾ ਇਹ ਵੀ ਵਿਚਾਰਾ ਗੁਜ਼ਾਰਾ ਕਰਦਾ ਹੀ ਹੈ ਇਹ ਤਾਂ ਕਿਤੇ ਕਿਸੇ ਧਰਨੇ 'ਚ ਗਿਆ ਨਹੀਂ ਸਾਨੂੰ ਲੋੜ ਹੀ ਨਹੀਂ ਧਰਨੇ 'ਤੇ ਜਾਣ ਦੇ ਅਸੀਂ ਕਿਉਂ ਜਾਵਾਂਗੇ ਧਰਨੇ 'ਤੇ ਸਾਡਾ ਮਤਬਲੀ ਨਹੀਂ ਅਸੀਂ ਆਪਦਾ ਕੰਮ ਕਰਦੇ ਹਾਂ ਕਿਰਤ ਕਰਦੇ ਹਾਂ ਕੰਮ ਰੋਟੀ ਖਾਂਦੇ ਹਾਂ ਤੁਸੀਂ ਦੇਖ ਲਓ ਕਰਕੇ ਤੁਸੀਂ ਚੰਗੇ ਚਿੱਟੇ ਲੀੜੇ ਪਾਉਣੇ ਆ ਚੰਗੀ ਦਾਰੂ ਪੀਣੀ ਆ ਕਿ ਮੰਦਾ ਬੋਲਣਾ ਧਰਨੇ ਲਾ ਲਏ ਡੀਸੀ ਦਾ ਘਰੋ ਕਰ ਲਿਆ ਫਲਾਨਾ ਰੋਡ ਰੋਕ ਲਿਆ ਜੀ ਲੋਕ ਜਨਤਾ ਸਾਡੀ ਧੱਕੇ ਖਾਂਦੀ ਫਿਰਦੀ ਆ ਕਿੰਨੀਆਂ ਕੌਮਾਂ ਨੇ ਸਾਡੇ 'ਚ ਹਰੀਜਨ ਕਿੰਨੇ ਨੇ ਕੰਮ ਕਰਨ ਵਾਲੇ ਜੱਟ 50% ਨੇ ਜਿਹੜੇ ਦਿਹਾੜੀ ਕਰ ਰਹੇ ਨੇਗੇ ਉਹ ਤਾਂ ਕਹਿੰਦੇ ਨਹੀਂ ਵੀ ਅਸੀਂ ਮਰਦੇ ਹਾਂ ਲੈ ਕੇ ਲੋਨ ਲੈ ਕੇ ਚੰਗੀਆਂ ਗੱਡੀਆਂ ਕੋਠੀਆਂ ਪਾ ਲਈਆਂ ਕਰਜ਼ਾ ਚੜ੍ਹ ਗਿਆ ਮੋੜਨ ਵੇਲੇ ਝੰਡਾ ਚੱਕ ਲਿਆ ਮੇਰੇ ਵਰਗੇ ਨੇ ਜਾਂ ਗਲ 'ਚ ਪਾ ਲਿਆ ਸਾਫਾ ਫਿਰ ਡੈਡ ਬੋਡੀ ਧਰ ਲਈ ਛੱਡ ਕੇ ਮਾਮਜਾ ਦੇ ਕੋਈ ਬੰਦੇ ਨੂੰ ਨੌਕਰੀ ਦਿਓ ਮੈਂਬਰ ਨੂੰ ਇਸੇ ਕੰਮ 'ਤੇ ਰਹਿ ਗਏ ਸੀ ਮੈਂ ਮਾਨਯੋਗ ਭਗਵੰਤ ਮਾਨ ਜੀ ਨੂੰ ਸਾਡੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਵੀ ਜਿਹੜਾ ਵੀ ਕੋਈ ਸਹੂਲਤ ਹੈਗੀ ਉਹ ਜਿੰਨੀ ਵੀ ਕਿਸਾਨਾਂ ਨੂੰ ਦੇਈ ਜਾਂਦੇ ਆ ਕਹਿੰਦੇ ਝਾੜ ਕੱਟ ਨਿਕਲਿਆ ਹੋਰ ਤਾਂ ਕਿਸੇ ਸਟੇਟ 'ਚ ਮਰਿਆ ਨਹੀਂ ਕੋਈ ਕਿਸਾਨ ਨਾ ਹਰਿਆਣੇ 'ਚ ਨਾ ਹਿਮਾਚਲ 'ਚ ਨਾ ਮੱਧ ਪ੍ਰਦੇਸ਼ 'ਚ ਕਿਤੇ ਇਹ ਇਕੱਲਾ ਪੰਜਾਬ ਦਾ ਹੀ ਕਿਸਾਨ ਡੁੱਬਦਾ ਹੈਗਾ ਹੋਰ ਕੌਮਾਂ ਕਿੰਨੀਆਂ ਨੇ ਅਸੀਂ 10-10 ਹਜ਼ਾਰ ਤੇ ਆ ਸਾਡੇ ਹੱਥ ਦੇਖੋ ਕੀ ਅਸੀਂ ਗੁਜ਼ਾਰਾ ਕਰਦੇ ਹਾਂਗੇ ਦਿਹਾੜੀਆਂ ਕਰ ਕਰ ਅਸੀਂ ਕਿਵੇਂ ਕੰਮ ਆਪਦਾ ਟਾਈਮ ਕੱਢਦੇ ਹਾਂ ਤੁਸੀਂ ਕਿਹਨੋ 60-60 ਹਜ਼ਾਰ ਤੇ ਸਾਨੂੰ ਕੋਈ ਮਿਲਦਾ ਨਹੀਂਗਾ ਸਾਨੂੰ ਬਚਦਾ ਨਹੀਂ ਕਿਸਾਨ ਮਰ ਗਿਆ ਕਿਸਾਨ ਮਰ ਗਿਆ ਕਿਉਂ ਮਰ ਗਿਆ ਮੇਰੇ ਕੋਲ 1.5 ਕਿੱਲਾ ਮਾਹਣ ਦਾ ਮੈਂ ਗੁਜ਼ਾਰਾ ਕਿਵੇਂ ਕਰਦਾ ਤੁਸੀਂ 70-70 ਕਿੱਲਿਆਂ ਵਾਲੇ ਨੇ ਹੁਣ ਛੇਤੀ ਕਹਿੰਦੇ ਸੀ ਮੋਦੀ ਦਾ ਉਹ ਜੀ ਸਾਡਾ ਅਡਵਾਨੀਆਂ ਅਨਮਾਨੀਆਂ ਹੁਣ ਕਣਕ ਕਿਉਂ ਲਾਉਂਦੇ ਉਹਦੇ ਕਿਸਾਨਾਂ ਨੂੰ ਪੁੱਛੋਗਾ ਹੁਣ ਕਿਉਂ ਕਣਕ ਲਾਉਂਦੇ ਨੇ ਉਹਦੇ 11 ਮਹੀਨੇ ਤੁਸੀਂ ਸਾਡੀਆਂ ਦਿਹਾੜੀਆਂ ਮਾਰਦੇ ਰਹੇ ਹੋ ਚੱਕੇ ਝੰਡੀ ਉੱਥੇ ਹੀ ਕੱਢ ਲਿੱਤੀ ਗਏ ਦਿਨ ਚੱਕੇ ਝੰਡੀ ਇੱਧਰ ਤੁਰ ਪਏ ਚੰਗਾ ਤੁਹਾਨੂੰ ਰੁਪਈਏ ਬਣਦੇ ਨੇ ਚੰਗਾ ਖਾਣ ਨੂੰ ਮਿਲਦਾ ਗਾ ਤੁਹਾਨੂੰ ਕੀ ਲੋੜ ਆ ਸਾਡੇ ਤੇ ਮਨ ਦੇ ਗੱਲ ਕਰਨ ਦੀ ਹੋਰ ਕੌਮਾਂ ਕਿੰਨੀਆਂ ਪੰਜਾਬ 'ਚ ਹੋਰ ਤਾਂ ਕੋਈ ਮਰਿਆ ਨਹੀਂ ਕੋਈ ਧਰਨਾ ਨਹੀਂ ਲਾਉਂਦਾ ਇਕੱਲਾ ਕਿਸਾਨ ਹੀ ਮਰਦਾ ਗਾ ਮਰਨ ਦੇ ਕੰਮ ਕਰ ਲਊ ਆਪਦਾ ਕੰਮ ਅਸੀਂ ਕਰਨਾ ਨਹੀਂ ਤੁਹਾਨੂੰ ਸਰਕਾਰਾਂ ਸਹੂਲਤਾਂ ਦੇਣਗੀਆਂ ਸਰਕਾਰ ਕਿੰਨਾ ਕੁ ਚਿਰ ਦੇਈ ਜਾਊ ਕਿਸਾਨ ਕਹਿੰਦੇ ਸਾਨੂੰ ਕੁਛ ਬਚਦਾ ਨਹੀਂਗਾ ਸਾਨੂੰ ਗਰੀਬ ਬੰਦਿਆਂ ਨੂੰ 4-4 ਕਿੱਲੇ ਵਾਹਣ ਦੇ ਦੇਣ ਅਸੀਂ ਸਾਨੂੰ ਅਸੀਂ ਬਿੱਲ ਵੀ ਆਪਦਾ ਆਪ ਭਰਾਂਗੇ ਮੋਟਰਾਂ ਦਾ ਬਿੱਲ ਵੀ ਅਸੀਂ ਆਪ ਭਰਾਂਗੇ ਘਰਾਂ ਦਾ ਵੀ ਆਪ ਭਰਾਂਗੇ ਜਵਾਕਾਂ ਨੂੰ ਪੜ੍ਹਾਵਾਂਗੇ ਵੀ ਆਪ ਸਾਰਾ ਕੁਛ ਅਸੀਂ ਆਪ ਕਰਾਂਗੇ ਸਾਡੀਆਂ ਸਹੂਲਤਾਂ ਇਹਨਾਂ ਨੂੰ ਦਿੱਤੀਆਂ ਜਾਣ ਕਿਸਾਨ ਕਹਿੰਦੇ ਸਾਨੂੰ ਕੁਛ ਬਚਦਾ ਨਹੀਂ ਨਹੀਂ ਬਚਦਾ ਸਾਰਾ ਜਿਹੜਾ ਵਾਹਣ ਹੈਗਾ ਵੈ ਕਰ ਦਿਓ ਫੈਕਟਰੀਆਂ ਲੱਗ ਜਾਣ ਦਿਓ ਕੰਮ ਮਿਲੇ ਸਾਨੂੰ ਰੁਜ਼ਗਾਰ ਮਿਲੇ ਖੇਤੀ ਛੱਡ ਦਿਓਗਾ ਇਹਦੇ ਕੋਲੇ ਕਿੱਲਾ ਵਾਹਣ ਦਾ ਹੈਗਾ ਇਹ ਵੀ ਵਿਚਾਰਾ ਗੁਜ਼ਾਰਾ ਕਰਦਾ ਹੀ ਹੈ ਇਹ ਤਾਂ ਕਿਤੇ ਕਿਸੇ ਧਰਨੇ 'ਚ ਗਿਆ ਨਹੀਂ ਸਾਨੂੰ ਲੋੜ ਹੀ ਨਹੀਂ ਧਰਨੇ 'ਤੇ ਜਾਣਦੇ ਅਸੀਂ ਕਿਉਂ ਜਾਵਾਂਗੇ ਧਰਨੇ 'ਤੇ ਸਾਡਾ ਮਤਬਲੀ ਨਹੀਂ ਅਸੀਂ ਆਪਦਾ ਕੰਮ ਕਰਦੇ ਹਾਂ ਕਿਰਤ ਕਰਦੇ ਹਾਂ ਕੰਮ ਰੋਟੀ ਖਾਂਦੇ ਹਾਂ ਤੁਸੀਂ ਦੇਖ ਲਓ ਕਰਕੇ ਤੁਸੀਂ ਚੰਗੇ ਚਿੱਟੇ ਲੀੜੇ ਪਾਉਣੇ ਆ ਚੰਗੀ ਦਾਰੂ ਪੀਣੀ ਆ ਕਿ ਮੰਦਾ ਬੋਲਣਾ ਧਰਨੇ ਲਾ ਲਏ ਡੀਸੀ ਦਾ ਘਰੋ ਕਰ ਲਿਆ ਫਲਾਨਾ ਰੋਡ ਰੋਕ ਲਿਆ ਜੀ ਲੋਕ ਜਨਤਾ ਸਾਡੀ ਧੱਕੇ ਖਾਂਦੀ ਫਿਰਦੀ ਆ ਕਿੰਨੀਆਂ ਕੌਮਾਂ ਨੇ ਸਾਡੇ 'ਚ ਹਰੀਜਨ ਕਿੰਨੇ ਨੇ ਕੰਮ ਕਰਨ ਵਾਲੇ ਜੱਟ 50% ਨੇ ਜਿਹੜੇ ਦਿਹਾੜੀ ਕਰ ਰਹੇ ਨੇਗੇ ਉਹ ਤਾਂ ਕਹਿੰਦੇ ਨਹੀਂ ਵੀ ਅਸੀਂ ਮਰਦੇ ਹਾਂ ਲੈ ਕੇ ਲੋਨ
ਲੈ ਕੇ ਚੰਗੀਆਂ ਗੱਡੀਆਂ ਕੋਠੀਆਂ ਪਾਲੀਆਂ ਕਰਜ਼ਾ ਚੜ ਗਿਆ ਮੋੜਨ ਵੇਲੇ ਝੰਡਾ ਚੱਕ ਲਿਆ ਮੇਰੇ ਵਰਗੇ ਨੇ ਜਾਂ ਗਲ 'ਚ ਪਾ ਲਿਆ ਸਾਫਾ ਫਿਰ ਡੈੱਡ ਬੋਡੀ ਧਰ ਲਈ ਛੱਡ ਕੇ ਤੇ ਮਾਂ ਜਾ।